ਇਹ ਜਿਹੜੇ ਜ਼ਾਲਿਮ ਲੋਕ ਨੇ ਨਾ, ਇਹ ਜਿਹੜੇ ਅੱਲਾ ਦੇ ਨਬੀਆਂ ਦਾ ਮਜ਼ਾਕ ਉਡਾਉਣੇ ਵਾਲੇ, ਅੱਲਾ ਦੇ ਰਸੂਲਾਂ ਦੀ ਇਸਤਿਹਜ਼ਾ ਕਰਨੇ ਵਾਲੇ, ਅੱਲਾ ਦੇ ਰਸੂਲਾਂ ਦੇ ਨਾਲ ਠੱਠਾ ਕਰਨੇ ਵਾਲੇ, ਪੈਗੰਬਰ ਪੈਗੰਬਰ ਦੀ ਤਾਲੀਮਾਤ ਨੂੰ ਰੱਦ ਕਰਨੇ ਵਾਲੇ, ਅੱਲਾਹੁ ਅਕਬਰ ਕਬੀਰਾ। ਇੱਥੇ ਹੀ ਬਸ ਨਹੀਂ, ਅੱਲਾ ਦੇ ਨਬੀ ਦੀ ਜ਼ਾਤ ਬਾਤ, ਮੇਰੇ ਨਬੀ ਦੀ ਮੇਰੇ ਨਬੀ ਦੀਆਂ ਬਨਾਤ, ਮੇਰੇ ਨਬੀ ਦੇ ਅਸਹਾਬ 'ਤੇ ਹਮਲੇ ਕਰਨੇ ਵਾਲੇ ਜਿਹੜੇ ਲੋਕ ਨੇ ਨਾ, ਇਹ ਮੇਰੇ ਨਬੀ ਜੀ ਦੀਆਂ ਗੁਸਤਾਖੀਆਂ ਕਰਦੇ ਨੇ ਨਾ, ਮੇਰੇ ਨਬੀ ਅਲੈਹਿ ਸਲਾਮ ਨੂੰ ਸਤਾਉਂਦੇ ਨੇ। ਸੂਰਾ ਕਲਮ ਦਾ ਆਗਾਜ਼ ਤੇ ਕਸਮਾਂ ਤੋਂ ਅੱਲਾ ਸੁਬਹਾਨਹੁ ਵ ਤਾਲਾ ਫਰਮਾ ਰਹੇ ਨੇ ਨਾ, ਕਸਮਾਂ ਖਾਂਦਿਆਂ ਖਾਂਦਿਆਂ ਅੱਲਾ ਕਰੀਮ ਨੇ ਫਰਮਾਇਆ, ਫਰਮਾਇਆ ਗਾ ਮੇਰੇ ਮਹਿਬੂਬ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ وَإِنَّكَ لَعَلَى خُلُقٍ عَظِيمٍ। فرمایا اے میرے نبی جی، ਅਸੀਂ ਤੁਹਾਨੂੰ ਆਲਾ ਅਖਲਾਕ ਦਾ ਮਾਲਿਕ ਬਣਾਇਆ ਏ, ਬੁਲੰਦ ਅਖਲਾਕ ਦਾ ਮਾਲਿਕ ਬਣਾਇਆ ਗਏ ਨਾ, ਤੁਹਾਡਾ ਅਖਲਾਕ ਬੁਲੰਦ ਏ, ਤੁਹਾਡਾ ਅਖਲਾਕ ਆਲਾ ਏ ਨਾ। ਤੁਸੀਂ ਇਹਨਾਂ ਲੋਕਾਂ ਦੀਆਂ ਬਾਤਾਂ ਦੇ ਜਵਾਬ ਆਮ ਲੋਕਾਂ ਦੀ ਤਰ੍ਹਾਂ ਨਹੀਂ ਦੇਣੇ, ਬਲਕਿ ਵੱਡੇ ਜਿਗਰੇ ਦੇ ਨਾਲ ਮੇਰੇ ਮਹਿਬੂਬ ਮੁਹੰਮਦ, ਕਿਉਂਕਿ ਅਸੀਂ ਕੁਰਾਨ ਅੰਦਰ ਤੁਹਾਡੇ ਸੀਨਾ ਮੁਬਾਰਕ ਦੇ ਬਾਰੇ ਅੰਦਰ ਫਰਮਾਇਆ, ਅਲਮ ਨਸ਼ਰਹ ਲਕਾ ਸਦਰਕ, ਅਸੀਂ ਤੁਹਾਨੂੰ ਇਨਸ਼ਰਾਹੇ ਸਦਰ ਫਰਮਾ ਛੱਡਿਆ। ਅੱਲਾਹੁ ਅਕਬਰ। ਵੁਸਾਤੇ ਕਲਬੀ ਦੇ ਨਾਲ ਬੜੇ ਦਿਲ ਦੇ ਨਾਲ ਇਹ ਤੁਹਾਡੀਆਂ ਗੁਸਤਾਖੀਆਂ ਕਰਨਗੇ, ਲੇਕਿਨ ਤੁਸੀਂ ਆਲਾ ਅਖਲਾਕ ਦਾ ਦਾਮਨ ਨਹੀਂ ਛੋੜਨਾ। ਮੇਰੇ ਨਬੀ ਅਲੈਹਿ ਸਲਾਮ ਨੂੰ ਅੱਲਾਹੁ ਅਕਬਰ ਕਬੀਰਾ ਅਖਲਾਕ ਦੇ ਬਾਰੇ ਅੰਦਰ ਫਰਮਾਇਆ ਕਿ ਤੁਹਾਡਾ ਅਖਲਾਕ ਬੁਲੰਦ ਏ, ਤੁਹਾਡਾ ਅਖਲਾਕ ਆਲਾ ਏ। ਅੱਲਾਹੁ ਅਕਬਰ। ਅੱਲਾ ਇਤਨਾ ਆਲਾ ਅਖਲਾਕ, ਇਤਨਾ ਬੁਲੰਦ ਅਖਲਾਕ ਮੇਰੇ ਮੁਹੰਮਦ ਮੁਸਤਫਾ ਦਾ ਸੱਲੱਲਾਹੁ ਅਲੈਹਿ ਵਸੱਲਮ। ਮੇਰੇ ਨਬੀ ਜੀ ਦੀ ਮੱਕੀ ਜ਼ਿੰਦਗੀ, ਹਜ਼ੂਰ ਦੀ ਮੱਕੀ ਜ਼ਿੰਦਗੀ, ਮੇਰੇ ਨਬੀ ਨੇ ਜਦੋਂ ਐਲਾਨ ਨਬੂਵਤ ਫਰਮਾਇਆ, ਜਦੋਂ ਇਹਨਾਂ ਲੋਕਾਂ ਨੂੰ ਹਜ਼ੂਰ ਫਰਮਾਉਂਦੇ ਨੇ, ਫਰਮਾਇਆ ਐ ਲੋਕੋ ਕੂਲੂ ਲਾ ਇਲਾਹਾ ਇਲਲਲਾਹ, ਫਰਮਾਇਆ ਲੋਕੋ ਆਖ ਦਿਓ, ਪੁਕਾਰ ਦਿਓ ਅੱਲਾਹੁ ਅਕਬਰ ਕਬੀਰਾ। ਅੱਲਾ ਤੋਂ ਇਲਾਵਾ ਕੋਈ ਮਾਬੂਦ ਬਰਹੱਕ ਨਹੀਂ ਹੈ, ਅੱਲਾਹ ਤੋਂ ਇਲਾਵਾ ਕੋਈ ਇਲਾਹ ਨਹੀਂ ਹੈ, ਉਹਦੇ ਤੋਂ ਇਲਾਵਾ ਕੋਈ ਦਾਤਾ ਨਹੀਂ ਹੈ, ਕੋਈ ਗੰਜ ਬਖਸ਼ ਨਹੀਂ ਹੈ, ਕੋਈ ਗੌਸ ਕੋਈ ਕੁਤਬ ਉਹਦੇ ਤੋਂ ਇਲਾਵਾ, ਯਾਨੀ ਜਿਹੜੀਆਂ ਖੁਦਾਈ ਸਿਫਤਾਂ ਨੇ ਨਾ ਉਹਨਾਂ ਦਾ ਵੀ ਇਖਤਿਆਰ ਅੱਲਾ ਕੋਲ ਨਾ। ਇਹ ਮੱਕੇ ਵਾਲਿਆਂ ਨੇ ਵੇਖਿਆ ਤੇ ਪਰੇਸ਼ਾਨ ਹੋ ਗਏ ਨੇ ਨਾ, ਮੇਰੇ ਨਬੀ ਦੀ ਦੁਸ਼ਮਣੀ ਤੇ ਉਤਰ ਆਏ, ਹਜ਼ੂਰ ਦੀਆਂ ਦੁਸ਼ਮਣੀਆਂ ਕਰਦੇ ਨੇ, ਮੇਰੇ ਨਬੀ ਨਾਲ ਦੁਸ਼ਮਣੀਆਂ ਕਰਦੇ ਨੇ ਨਾ। ਅੱਲਾਹੁ ਅਕਬਰ। ਅੱਲਾ ਅੱਲਾ ਅੱਲਾ। ਮੇਰੇ ਨਬੀ ਨੂੰ ਸਤਾਇਆ ਜਾਂਦਾ ਏ। ਮੇਰੇ ਨਬੀ ਇੱਕ ਦਫਾ ਇਵੇਂ ਤਵਾਫ ਕਰਦਿਆਂ ਹੋਇਆ, ਮੇਰੇ ਨਬੀ ਬੈਤੁੱਲਾ ਦਾ ਤਵਾਫ ਫਰਮਾ ਰਹੇ ਨੇ, ਹਾਜੀ ਆ ਅੱਜ ਤੂੰ ਹਜ ਕਰਨ ਵਾਸਤੇ ਜਾਣਾ ਏ, ਅੱਲਾ ਤੈਨੂੰ ਉਮਰੇ ਦੀ ਜ਼ਿਆਰਤ ਦੀ ਤੌਫੀਕ ਅਤਾ ਫਰਮਾਉਂਦੇ ਨੇ, ਤੂੰ ਜਾ ਕਰਕੇ ਬੈਤੁੱਲਾ ਦਾ ਤਵਾਫ ਕਰਨਾ ਏ ਨਾ। ਉਸੇ ਬੈਤੁੱਲਾ ਦਾ ਤਵਾਫ ਮੇਰੇ ਆਕਾ ਸੱਲੱਲਾਹੁ ਅਲੈਹਿ ਵਸੱਲਮ ਫਰਮਾ ਰਹੇ ਨੇ ਨਾ। ਹੁੰਦਾ ਕੀ ਏ ਨਾ, ਇਧਰੋਂ ਕੁਰੈਸ਼ਾ ਜਾਂਦੇ ਨੇ ਨਾ, ਸਰਦਾਰਾਂ ਨੇ ਕੁਰੈਸ਼ ਆ ਕਰਕੇ ਮੇਰੇ ਨਬੀ ਅਲੈਹਿ ਸਲਾਮ ਨੂੰ ਮੰਦਾ ਬੋਲਦੇ ਨੇ ਨਾ, ਮੇਰੇ ਨਬੀ ਅਲੈਹਿ ਸਲਾਮ ਦੀ ਜ਼ਾਤ ਤੇ ਹਮਲੇ ਕਰਦੇ ਨੇ ਨਾ। ਅੱਲਾਹੁ ਅਕਬਰ ਕਬੀਰਾ। ਬਸ ਇਹ ਗੱਲਾਂ ਕਰ ਹੀ ਰਹੇ ਨੇ, ਅੱਲਾ ਦੇ ਨਬੀ ਨੇ ਫਰਮਾਇਆ, ਫਰਮਾਇਆ ਲੋਗੋ ਮੈਂ ਤੁਹਾਡੇ ਵਾਸਤੇ ਜ਼ਬਾ ਦਾ ਹੁਕਮ ਲੈ ਕਰਕੇ ਆਇਆ। ਹਦੀਸੇ ਪਾਕ ਦੇ ਅਲਫਾਜ਼ ਐਵੇਂ ਨੇ, ਜ਼ਬਾ ਦਾ ਹੁਕਮ ਲੈ ਕੇ ਆਇਆ। ਹਿੰਦੂ ਬਨੀਆਂ ਦਹਿਰੀਆ ਮੁਲਹਿਦ ਲਿਬਰਲ ਲਾ ਦੀਨਾ ਲਾ ਦੀਨ ਜਿਹੜੇ ਲੋਕ ਨੇ,
उत्थे बात करनगे, वेखो ना जी मुसलमान ते वाडे टोके दा नाम ने, मुसलमानों के पैगंबर। वो कह रहे हैं जी मैं तुम्हारे लिए ज़बा का हुक्म लेके आया हूँ। ज़बा दा हुक्म हुजूर फरमा रहे ने कि मैं तुहाडे वास्ते अल्लाह ने मैनू जिहाद दा हुक्म दे करके रवाना फरमाया है। अल्लाहु अकबर कबीरा। लेकिन फर्ज नहीं होया सी जिहाद हले तक। अल्लाह दे नबी दा कहना इतना जानदार इतना शानदार, बस रुक के एक जगह ते हुजूर ने फरमाया मैं तुहाडे वास्ते ज़बा दा हुक्म लैके आया। बस इतनी बात करनी सी, सारियां नू गुंग हो गए, ज़बानां बंद हो गईयां, चुप हो गए सारे।